ਫਾਜ਼ਿਲਕਾ ਦੇ ਪਿੰਡ ਲਾਦੂਕਾ ਦੀ ਐਂਟਰੀ ਨੇ ਲਿਆ ਛੱਪੜ ਦਾ ਰੂਪ, ਲੋਕ ਹਨ ਪਰੇਸ਼ਾਨ। ਤੁਸੀਂ ਦੇਖ ਰਹੇ ਹੋ AMTV ਲਾਈਵ। ਪਿਛਲੇ ਦਿਨੀ ਫਾਜ਼ਿਲਕਾ ਦੇ ਪਿੰਡ ਥੇ ਕਲੰਦਰ ਨੂੰ ਫਾਜ਼ਿਲਕਾ ਦਾ ਸਭ ਤੋਂ ਸਾਫ਼ ਸੁਥਰੇ ਪਿੰਡ ਦਾ ਦਰਜਾ ਦਿੱਤਾ ਗਿਆ ਹੈ ਅਤੇ ਪਿੰਡ ਦੀ ਮਹਿਲਾ ਸਰਪੰਚ ਨੂੰ ਕੌਮੀ ਪੰਚਾਇਤ ਰਾਜ ਦਿਵਸ ਮੌਕੇ ਇੱਕ ਪੁਰਸਕਾਰ ਵੀ ਦਿੱਤਾ ਗਿਆ ਹੈ। ਪਰ ਫਾਜ਼ਿਲਕਾ ਦੇ ਪਿੰਡ ਅਜੇ ਵੀ ਕਈ ਵਿਕਾਸ ਕਾਰਜਾਂ ਤੋਂ ਵਾਂਝੇ ਹਨ। ਜੀ ਹਾਂ, ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਲਾਦੂਕਾ ਤੋਂ, ਜਿਸ ਪਿੰਡ ਦੀ ਐਂਟਰੀ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਇੱਕ ਪਾਸੇ ਸਰਕਾਰਾਂ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਸਿੱਖਿਆ ਦੇ ਰਹੀਆਂ ਹਨ, ਪਰ ਜੇਕਰ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਦਾ ਕੰਮ ਸਹੀ ਪ੍ਰਬੰਧ ਨਾ ਕੀਤੇ ਗਏ ਤਾਂ ਮਲੇਰੀਆ ਅਤੇ ਮੱਛਰ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਚਿੰਤਾ ਦਾ ਵਿਸ਼ਾ ਹੈ। ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਿਲਸਿਲਾ ਜਾਰੀ ਹੈ। ਪਿੰਡ ਵਿੱਚ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ, ਜਿਸ ਕਰਕੇ ਪਿੰਡ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਟਿਊਸ਼ਨ ਵਗੈਰਾ ਪੜ੍ਹਨ ਲਈ ਨਿਕਲਦੇ ਹਨ ਤਾਂ ਉਹਨਾਂ ਦੇ ਕੱਪੜੇ ਤੱਕ ਵੀ ਖਰਾਬ ਹੋ ਜਾਂਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉੱਪਰੋਂ ਕੋਰੋਨਾ ਕਾਲ ਚੱਲ ਰਿਹਾ ਹੈ, ਇਸ ਖੜ੍ਹੇ ਪਾਣੀ ਵਿੱਚ ਮੱਛਰ ਪੈਦਾ ਹੋ ਰਿਹਾ, ਜਿਸ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਲਾਦੂਕਾ ਤੋਂ, ਜਿਸ ਪਿੰਡ ਦੀ ਐਂਟਰੀ ਨੇ ਇੱਕ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਾਨੂੰ ਪਹਿਲੀ ਗੱਲ ਤਾਂ ਵੀਰ ਜੀ, ਸਾਨੂੰ 10 ਸਾਲ ਹੋ ਗਏ ਨੇ ਵੀ ਇਸ ਸੜਕ ਦੇ ਵਿੱਚ ਇਵੇਂ ਹੀ ਗੰਦ ਵੱਜੀ ਜਾਂਦਾ ਹੈ। ਪਿਛਲੇ ਜੋ ਸਰਪੰਚ ਬਣੇ ਨੇ ਉਹਨਾਂ ਨੇ ਵੀ ਐਡੀਆਂ ਐਡੀਆਂ ਵਿੱਚ ਪਾਈਪਾਂ ਰੱਖ ਕੇ ਉਹਨਾਂ ਨੇ ਵੀ ਕਹਿ ਦਿੱਤਾ ਵੀ ਖਾਲੀਆਂ ਬਣ ਚੁੱਕੀਆਂ ਹਨ। ਜਿਹੜੇ ਹੁਣ ਨਵੇਂ ਸਰਪੰਚ ਬਣੇ ਜਾਂ ਪਿੰਡ ਲਾਦੂਕਾ ਦੀ ਨਵੀਂ ਪੰਚਾਇਤ ਬਣੀ ਹੈ, ਉਹਨਾਂ ਨੇ ਵੀ ਆਹੀ ਗੰਦ ਸਾਡੇ ਵਾਸਤੇ ਮਾਰਿਆ ਹੈ। ਇੱਕ ਗੇਟ ਖੁੱਲਦਾ, ਦੂਜਾ ਗੇਟ ਬੰਦ ਕਰ ਦਿੰਦੇ ਨੇ। ਅਸੀਂ ਬਹੁਤ ਰੋਕਦੇ ਹਾਂ, ਭੈਣਾਂ ਕਹਿ ਦੇਣੀਆਂ ਨੇ, ਤੁਸੀਂ ਸਰਪੰਚ ਨੂੰ ਕਹੋ, ਤੁਸੀਂ ਆਪਣੇ ਮੈਂਬਰਾਂ ਨੂੰ ਕਹੋ, ਅਸੀਂ ਕਿਹਨੂੰ ਕਹੀਏ ਦੱਸੋ। ਅਸੀਂ ਤਾਂ ਆਪਦੇ ਜਿਨ੍ਹਾਂ ਨੂੰ ਬਣਾਇਆ ਉਹਨਾਂ ਨੂੰ ਵੀ ਕਹਾਂਗੇ। ਸਾਰਿਆਂ ਦੇ ਸਾਹਮਣੇ ਹੀ ਇਹ ਪਿੰਡ ਲਾਦੂਕਾ ਦੇ ਵਿੱਚ ਗੰਦ ਵੱਜਿਆ ਪਿਆ, ਮੇਨ ਆ ਸੜਕ ਚੌਂਕ ਹੈ ਤੁਹਾਡੇ ਪਿੰਡ? ਹਾਂਜੀ, ਮੇਨ ਚੌਂਕ ਹੈ ਸਾਡੇ ਪਿੰਡ ਦਾ। ਬਜ਼ੁਰਗ ਲੰਘਦੇ ਨੇ, ਛੋਟੇ ਛੋਟੇ ਬੱਚੇ ਲੰਘਦੇ ਨੇ, ਵਹੀਕਲ ਲੰਘਦੇ ਨੇ, ਕਈ ਇਸ ਤਰ੍ਹਾਂ ਦੀਆਂ ਭੈਣਾਂ ਨੇ ਜਿਨ੍ਹਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਨੇ, ਪਰ ਸਾਡੇ ਇਸ ਪਿੰਡ ਲਾਦੂਕਾ ਦੀ ਕੋਈ ਗੌਰ ਨਹੀਂ, ਨਾ ਕੋਈ ਇਸ ਮੇਨ ਚੌਂਕ ਦੀ ਕੋਈ ਗੌਰ ਹੈ ਵੀਰ ਮੇਰਿਆ। ਇਹਨਾਂ ਦਾ ਕੋਈ, ਤੁਹਾਨੂੰ ਆਪ ਨੂੰ ਕੋਈ ਸੋਚਣਾ ਚਾਹੀਦਾ ਹੈ। ਮਤਲਬ ਇਹ ਹਮੇਸ਼ਾ ਰੋਜ਼ ਹੀ ਇਦਾਂ ਦਾ ਹੀ ਰਹਿੰਦਾ? ਹਾਂਜੀ, ਇਸੇ ਤਰ੍ਹਾਂ ਹੀ ਇਹ ਗੰਗਾ ਚੱਲੀ ਜਾਂਦੀ, ਮਤਲਬ ਬਿਨਾਂ ਬਾਰਿਸ਼ ਤੋਂ ਵੀ ਇਦਾਂ ਹੀ ਕੰਮ ਰਹਿੰਦਾ? ਹਾਂਜੀ, ਇਹ ਬਿਨਾਂ ਬਾਰਿਸ਼ ਤੋਂ ਹੀ ਦਿਨ ਰਾਤ ਇਹ ਗੰਗਾ ਇੱਦਾਂ ਹੀ ਚੱਲੀ ਜਾਂਦੀ ਹੈ, ਪਰ ਇਸ ਗੰਗਾ ਦੀ ਕੋਈ ਸੰਭਾਲ ਨਹੀਂ ਕਰ ਰਿਹਾ। ਕੋਈ ਚਮਚੇ ਬਣੇ ਨੇ, ਕੋਈ ਸੈਕਟਰੀ ਨੇ, ਕੋਈ ਮੈਂਬਰ ਨੇ, ਕੋਈ ਸਰਪੰਚ ਨੇ, ਕੁਛ ਵੀ ਬਣਾ ਹੈ ਨਾ, ਬਾਕੀ ਕੀ ਸਾਡੀ ਕਿਸੇ ਨੇ ਸੜਕ ਦੀ ਕੋਈ ਗੌਰ ਨਹੀਂ ਕੀਤੀ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹੀ ਕਹਿੰਦੇ ਹਾਂ ਵੀ ਸਾਡਾ ਪਿੰਡ ਲਾਦੂ ਕਹਿਣਾ, ਇਹਨੂੰ ਕਹਿ ਤਾਂ ਦਿੰਦੇ ਨੇ ਸੁੰਦਰ ਗ੍ਰਾਮ, ਪਰ ਇਹ ਨਰਕ ਗ੍ਰਾਮ ਬਣ ਚੁੱਕਿਆ ਹੈ। ਇਸ ਦਾ ਕੁਛ ਨਾ ਕੁਛ ਤਾਂ ਮਸਲਾ ਹੱਲ ਕਰਨਾ ਚਾਹੀਦਾ ਹੈ। ਸਰਪੰਚ ਕਾਸ ਦੇ ਵਾਸਤੇ ਬਣਾਏ ਨੇ, ਮੈਂਬਰ ਕਾਹਦੇ ਵਾਸਤੇ ਬਣਾਏ? ਤੁਸੀਂ ਪੰਚਾਇਤ ਨਾਲ ਵੀ ਇਹ ਗੱਲਬਾਤ ਕੀਤੀ ਹੈ? ਉਹ ਸਾਡੀ ਸੁਣਦੇ ਹੀ ਨਹੀਂ, ਸੁਣਦੇ ਹੀ ਨਹੀਂ ਗੇ, ਗੌਰ ਹੀ ਨਹੀਂ ਕਰਦੇ। ਉਹ ਇਸ ਉਲਟਾ ਇਸ ਸੜਕ ਤੋਂ ਲੰਘਣਾ ਹੀ ਉਹਨਾਂ ਨੇ ਬੰਦ ਕਰ ਦਿੱਤਾ, ਉਹ ਆਪਦੀਆਂ ਗੱਡੀਆਂ ਵਿੱਚ ਚੜ੍ਹੇ ਹੋਏ ਨੇ, ਗੱਡੀਆਂ ਲੈ ਕੇ ਲੰਘ ਜਾਂਦੇ ਨਾ, ਸਾਡੀ ਕੋਈ ਗੌਰ ਹੀ ਨਹੀਂ ਕਰਦਾ। ਤੁਹਾਨੂੰ ਹੁਣ ਮਨਾਉਣ ਜਾ ਰਹੇ ਪਿੰਡ ਦੇ ਹੈਂਡੀਕੈਪ ਪਰਸਨ ਕੁੰਦਨ ਲਾਲ ਜੀ ਨੂੰ। ਹਾਂਜੀ ਕੁੰਦਨ ਜੀ, ਇਹ ਕਦੋਂ ਤੋਂ ਸਮੱਸਿਆ ਚੱਲ ਰਹੀ ਤੁਹਾਡੇ ਪਿੰਡ? 10 ਸਾਲ ਤੋਂ ਸਮੱਸਿਆ ਚੱਲ ਰਹੀ ਹੈ। ਅੱਛਾ, ਅਤੇ ਇਹ ਪਿੰਡ ਕੋਈ ਵੀ ਪ੍ਰਸ਼ਾਸਨ ਮੰਗ ਤਾਂ ਕਰਦਾ ਹੀ ਨਹੀਂ ਪਿਆ, ਠੀਕ ਨਹੀਂ ਕਰਦਾ। ਪਾਣੀ ਵਿੱਚੋਂ ਲੱਗਦਾ ਰੋਜ਼, ਅਸੀਂ ਰੋਜ਼ ਪਾਣੀ ਦੇ ਵਿੱਚੋਂ ਲੱਗਦੇ ਹਾਂ, ਸਵੇਰੇ ਸ਼ਾਮੀ ਲੱਗਦੇ ਹਾਂ ਪਾਣੀ ਦੇ ਵਿੱਚ, ਲੱਗਿਆ ਹੀ ਨਹੀਂ ਜਾਂਦਾ ਹੈਗਾ।
ਇਹ ਛੱਪੜੇ ਵੀ ਲੱਗਿਆ ਰਹਿੰਦਾ ਤੁਹਾਡੇ ਪਿੰਡ? ਸਦਾ ਹੀ ਲੱਗਾ ਰਹਿੰਦਾ, 10 ਸਾਲ ਦਾ ਲੱਗਾ। ਮੰਤਰੀ ਦੇ ਮੁੰਡੇ ਨੂੰ ਵੀ ਇੱਕ ਦਿਨ ਕਿਹਾ ਸੀਗਾ ਮੈਂ। ਤੁਸੀਂ ਇਹਨੇ ਮਤਲਬ ਹਲਕੇ ਦੇ MLA ਸਾਹਿਬ ਨਾਲ ਵੀ ਗੱਲ ਕੀਤੀ? ਹਾਂ ਕੀਤੀ ਸੀ, MLA ਨਾਲ ਗੱਲ ਕੀਤੀ ਸੀਗੀ। ਉਹ MLA ਨੇ ਆਖਿਆ ਮੈਂ ਬਣਵਾ ਦੇਵਾਂਗਾ ਬਣਵਾ ਦੇਵਾਂਗਾ, ਅਜੇ ਤੱਕ ਨਹੀਂ ਬਣੀ, ਮੈਂ 2-4 ਮਹੀਨੇ ਹੋ ਗਏ। ਅੱਛਾ, ਹੋਰ ਇਸ ਤੋਂ ਇਲਾਵਾ ਕੀ ਦੇਖੋ ਦੇ ਕੋਲ ਤੁਸੀਂ ਆਪਣੀ ਇਹ ਸਮੱਸਿਆ ਪਹੁੰਚਾ ਸਕਦੇ? ਦੱਸ ਚੁੱਕੇ ਸਰਪੰਚ ਕੋਲ ਵੀ ਗਿਆ, ਕਈਆਂ ਕੋਲ ਗਏ, ਸਾਰਾ ਪਿੰਡ ਲੱਗਦਾ ਹੈ ਜਾਂ ਸਾਰਾ ਪਿੰਡ ਜਾਂਦਾ ਹੈ। ਅਤੇ ਤੁਹਾਡੇ ਤੋਂ ਇਲਾਵਾ ਕਈਆਂ ਹੋਰ ਨੇ ਵੀ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਜਾਂ ਚੁੱਪ ਹੀ ਬੈਠੇ ਹਨ? ਨਹੀਂ, ਉਹ ਚੁੱਕ ਹੀ ਬੈਠੇ ਮੁੱਦਾ। ਅੱਛਾ, ਅਤੇ ਅਜੇ ਇਸ ਦਾ ਕੋਈ ਹੱਲ ਨਹੀਂ ਹੋਇਆ? ਕੋਈ ਹੱਲ ਨਹੀਂ ਹੋਇਆ। ਅੱਛਾ, ਜਦੋਂ ਕੋਈ ਡੈੱਡ ਬੋਡੀ ਜਾਂ ਹੋਰ ਕਿਸੇ ਤਰ੍ਹਾਂ ਦਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਆਉਂਦਾ ਤਾਂ ਵਿੱਚੋਂ ਛੱਪੜ ਦੇ ਲੰਘ ਕੇ ਜਾਂਦੇ ਆ? ਵਿੱਚੋਂ ਵਿੱਚੋਂ ਲੰਘਦੇ, ਵਿੱਚ ਛੱਪੜ ਦੇ ਵੀ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਵੀ ਸਾਡੀ ਸੜਕ ਨਹੀਂ ਬਣਾ ਸਕਦੇ ਅਤੇ ਕਮ ਸੇ ਕਮ ਸਾਨੂੰ 2 ਕਿਸ਼ਤੀਆਂ ਲੈ ਕੇ ਦੇਣ ਜਿਹਦੇ ਤੋਂ ਅਸੀਂ ਲੰਘ ਸਕੀਏ, ਆ ਜਾ ਸਕੀਏ। 3 ਸਾਲ ਹੋ ਗਏ ਪੰਚਾਇਤ ਅਤੇ ਪ੍ਰਸ਼ਾਸਨ ਦੀ ਮਿੰਨਤਾਂ ਕੱਢਦੇ ਹੋਏ ਪਰ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ। ਅਸੀਂ ਹੁਣ ਇਹ ਮੰਗ ਕਰਦੇ ਹਾਂ ਵੀ ਸਾਨੂੰ 2 ਕਿਸ਼ਤੀਆਂ 'ਤੇ ਲੈ ਦਿਓ ਕਮ ਸੇ ਕਮ ਜਿਹਦੇ ਤੋਂ ਅਸੀਂ ਲੰਘ ਸਕੀਏ। ਸਾਡਾ ਨਰਕ ਚੌਂਕ ਰੋਜ਼ ਦਾ ਕੰਮ ਹੀ ਹੈ, ਸਾਡੀ ਪੰਚਾਇਤ ਹੈ ਜੀ ਇਹਨਾਂ ਪਿੰਡ ਦੀ, ਵੀ ਉਹਨਾਂ ਨੂੰ ਮਾੜਾ ਮੋਟਾ ਵੀ ਨਹੀਂ ਦਿਸਦਾ। ਇਹ ਲਾਧੂਗਾ ਦੀ ਪੰਚਾਇਤ ਦਾ ਕੰਮ ਆ, ਵੇਖ ਲਓ ਬੁੱਢੇ, ਵੇਖ ਲਓ ਛੋਟੀਆਂ ਹੱਥੇ ਚੱਪਲਾਂ, ਹੱਥੇ ਜੁੱਤੀਆਂ, ਹੱਥੇ ਅਤੇ ਆਹ ਕੰਮ ਹੈਗਾ ਵੇਖ ਲਓ ਸਾਡੀ ਲਾਧੂਗਾ ਦੀ ਪੰਚਾਇਤ ਦਾ ਰੋਜ਼ ਦਾ, ਰੋਜ਼ ਦਾ ਇਹ ਨਹੀਂ ਵੀ ਇੱਕ ਦਿਨ।